ਬਚਾਲਾ ਦੀ ਪੰਜਾਬੀ ਯੂਨੀਵਰਸਿਟੀ ਦਾ ਕੁੜੀਆਂ ਦਾ ਅੰਬੇਦਕਰ ਹੋਸਟਲ ਇੱਕ ਵਾਰ ਫਿਰ ਤੋਂ ਸੁਰੱਖਿਆ ਦੇ ਵਿੱਚ, ਜਦੋਂ ਕਿ ਕੁੜੀਆਂ ਨੂੰ ਪਰੋਸੇ ਜਾਣ ਵਾਲੇ ਸਵੇਰ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲ ਆਈਆਂ। ਸੋ ਹੋਸਟਲ ਦੇ ਵਿੱਚ ਰਹਿਣ ਵਾਲੀਆਂ ਇਹਨਾਂ ਵਿਦਿਆਰਥਣਾਂ ਦੇ ਵੱਲੋਂ ਇਸ ਦੀ ਵੀਡੀਓ ਬਣਾਉਣ ਦੇ ਲਈ ਗਈਆਂ ਅਤੇ ਵਿਦਿਆਰਥਣਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਪਹਿਲਾਂ ਵੀ ਹੋਸਟਲ ਦੇ ਪ੍ਰਬੰਧਾਂ ਤੋਂ ਬਹੁਤ ਦੁਖੀ ਹਾਂ ਅਤੇ ਇਸ ਸੰਬੰਧੀ ਅਸੀਂ ਕੁਝ ਦਿਨ ਪਹਿਲਾਂ ਰਾਤ ਨੂੰ ਵੀ ਪ੍ਰੋਟੈਸਟ ਕੀਤਾ ਸੀ ਅਤੇ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਦੇ ਲਈ ਇੱਕ ਟੀਮ ਦੇ ਦੁਆਰਾ ਪਰਸੋਂ ਪੂਰੀ ਚੈਕਿੰਗ ਵੀ ਕੀਤੀ ਗਈ ਸੀ, ਜਿਸ ਦੇ ਵਿੱਚ ਮੁੱਖ ਮੁਸ਼ਕਿਲਾਂ ਹੋਸਟਲ ਦੇ ਵਿੱਚ 437 ਦੀ ਬਜਾਏ 620 ਦੇ ਕਰੀਬ ਵਿਦਿਆਰਥੀਆਂ ਨੂੰ ਅਲਾਟਮੈਂਟ, ਪੁਰਾਣੀ ਕੰਸਟਰਕਸ਼ਨ ਅਤੇ ਬਾਥਰੂਮਾਂ ਦੇ ਮਾੜੇ ਹਾਲਾਤ, ਮੈਸ ਦੇ ਵਿੱਚ ਮਾੜਾ ਖਾਣਾ ਆਦਿ ਮੁੱਖ ਪਰੇਸ਼ਾਨੀਆਂ ਵਿਦਿਆਰਥੀਆਂ ਨੂੰ ਝੱਲਣੀਆਂ ਪੈ ਰਹੀਆਂ ਹਨ। ਮੇਰਾ ਨਾਮ ਸਮਨਦੀਪ ਕੌਰ ਆ। ਕਿਉਂਕਿ ਜੇ ਇੱਥੇ ਸਾਡਾ ਪ੍ਰੋਟੈਸਟ ਚੱਲ ਰਿਹਾ, ਸਾਡਾ ਹੋਸਟਲ ਅੰਬੇਦਕਰ ਆ, ਇਹ ਸਾਰੀਆਂ ਕੁੜੀਆਂ ਅੰਬੇਦਕਰ ਹੋਸਟਲ ਦੀਆਂ ਨੇ। ਅਸੀਂ ਪਰਸੋਂ ਅੰਬੇਦਕਰ ਹੋਸਟਲ ਦੇ ਵਿੱਚ ਸਟੂਡੈਂਟਾਂ ਨੇ ਮਿਲ ਕੇ ਇੱਕ ਧਰਨਾ ਲਾਇਆ ਸੀਗਾ, ਜਿਹਦੇ ਵਿੱਚ ਕੀ ਸੀਗੀਆਂ ਸਾਡੀਆਂ ਮੰਗਾਂ ਹੋਸਟਲ ਦੀਆਂ, ਜਿਵੇਂ ਸਾਡੇ ਪਾਣੀ ਦਾ ਪ੍ਰਬੰਧ ਨੀ, ਖਾਣੇ ਦਾ ਪ੍ਰਬੰਧ ਨੀ, ਵਿੱਚ ਸੁੰਡ ਆ ਰਹੇ ਆ ਜਾਂ ਖਾਣਾ ਵਧੀਆ ਨੀ ਹੁੰਦਾ, ਕਈ ਵਾਰੀ ਖੱਟਾ ਹੁੰਦਾ। ਡੇਲੀ ਸਾਡੇ ਹੋਸਟਲ ਦੇ ਵਿੱਚ ਐਂਬੂਲੈਂਸ ਆਉਂਦੀ ਆ, ਤੇ ਜਿਹੜੀ ਸਾਡੇ ਹੋਸਟਲ ਦੀ ਕੰਸਟਰਕਸ਼ਨ ਆ ਉਹ ਇਹੋ ਜਿਹੀ ਆ ਕਿ 5-5 ਕਿਲੋ ਦੇ ਜਿਹੜੇ ਬੱਟੇ ਆ ਉਹ ਡਿੱਗ ਪੈਂਦੇ ਆ, ਵਾਸ਼ਰੂਮਾਂ ਦੀ ਕੋਈ ਸਫਾਈ ਦਾ ਪ੍ਰਬੰਧ ਨੀ ਹੈਗਾ ਗਾ। ਤਾਂ ਸਾਡੀਆਂ ਇੱਕ ਇੱਕ ਰੂਮ ਦੇ ਵਿੱਚ 2 ਕੁੜੀਆਂ ਦੀ ਅਲੋਟਮੈਂਟ ਆ, 3 ਪਾ ਰਹੇ ਆ। ਸੀਸੀ ਵਿੰਗ ਦੇ ਵਿੱਚ ਇੱਕ ਰੂਮ ਦੇ ਵਿੱਚ 8 ਕੁੜੀਆਂ ਦੀ ਅਲੋਟਮੈਂਟ ਆ, ਉਹਦੇ ਚ 28-28 ਕੁੜੀਆਂ ਪਾ ਰਹੇ ਆ। ਤਾਂ ਅਸੀਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਇਕੱਠ ਕੀਤਾ ਸੀ, ਉੱਥੇ ਡੀਨ ਮੈਡਮ ਆਏ, ਉਹਨਾਂ ਨੇ ਇੰਸਪੈਕਸ਼ਨ ਕੀਤੀ, ਹੋਸਟਲ ਚੈੱਕ ਕੀਤਾ, ਵਾਸ਼ਰੂਮ ਚੈੱਕ ਕੀਤੇ, ਮੈਸ ਚੈੱਕ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ ਅੱਜ 10 ਵਜੇ ਦਾ, ਪਰ ਅੱਜ ਜਦੋਂ ਅਸੀਂ 10 ਵਜੇ ਆਏ ਇੱਥੇ, ਬਹੁਤ ਸ਼ਾਂਤੀਪੂਰਵਕ ਆਏ, ਅਸੀਂ ਆ ਕੇ ਇੱਥੇ ਬੈਠੇ, ਅਸੀਂ ਪ੍ਰੋਵੋਸਟ ਸਰ ਨਾਲ ਗੱਲ ਕੀਤੀ, ਉਹਨਾਂ ਨੇ ਗੱਲਾਂ ਦਾ ਗੋਲ ਮੋਲ ਕਰਤਾ। 11:30 ਤੱਕ 10 ਤੋਂ ਲੈ ਕੇ ਅਸੀਂ ਬੈਠੇ ਰਹੇ, ਪਰ ਸਾਡਾ ਕੋਈ ਵੀ ਹੱਲ ਨੀ ਕੀਤਾ। ਡੀਨ ਮੈਡਮ ਨੂੰ ਕਾਲ ਕੀਤੀ, ਅਸੀਂ ਅੱਗੇ ਹੀ ਸੀਗੇ, ਡੀਨ ਮੈਡਮ ਕਹਿੰਦੇ ਵੀ ਮੈਂ ਆ ਨੀ ਸਕਦੀ। ਕੱਲ ਜਦੋਂ ਤੋਂ ਅਸੀਂ ਆਏ ਹਾਂ, ਮੈਨੂੰ 2 ਸਾਲ ਹੋ ਗਏ ਹੋਸਟਲ ਦਾ, ਉਦੋਂ ਤੋਂ ਇਹੀ ਹਾਲ ਆ, ਅੰਬੇਦਕਰ ਹੋਸਟਲ ਦਾ ਇਹੀ ਹਾਲ ਆ, ਕੁੜੀਆਂ ਦਾ ਹੋਸਟਲ ਅੰਬੇਦਕਰ, ਜੀ ਬਲੋਕ, ਐਚ ਬਲੋਕ, ਸੀਸੀ ਸਪੋਰਟਸ, 3 ਵਿੰਗ ਆ। ਹਾਂਜੀ, ਪੂਰੇ ਹੋਸਟਲ ਚ ਇਹੀ ਹਾਲ ਆ, ਬਹੁਤ ਪਹਿਲਾਂ ਤੋਂ ਆ ਰਹੀ ਆ। ਅੱਜ ਅਸੀਂ ਵੀਡੀਓ ਵੀ ਬਣਾਈ ਆ, ਅੱਜ ਵੀ ਆਈ ਆ, ਪਰਸੋਂ ਇੰਸਪੈਕਸ਼ਨ ਹੋਈ ਆ। ਕੱਲ ਸਾਡੇ ਜਿਹੜੇ ਸੁਬਹ ਪਰੌਠੇ ਬਣੇ ਆ ਉਹ ਖੱਟੇ ਸੀ, ਤੇ ਐਂਬੂਲੈਂਸ ਸਾਡੇ ਹੋਸਟਲ ਚ 4 ਵਾਰੀ ਆਈ, ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ ਤੇ ਪਿਆ। ਹਲੇ ਤੱਕ ਸਾਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ, ਉਹ ਇੰਨੀ ਜ਼ਿਆਦਾ, ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਆ, ਜਾਂਚ ਨਹੀਂ ਕਰਦੇ ਹੈਗੇ ਗੇ ਉਹਦੀ। ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਹਾਂ, ਜਦੋਂ 11:30 ਤੱਕ ਕੋਈ ਨੀ ਆਇਆ ਹੈਗਾ, ਤਾਂ ਬੱਚੇ ਸਾਰੇ, ਕਿਉਂਕਿ ਲੈਕਚਰ ਛੱਡ ਕੇ ਆਏ ਸੀ, ਕੁਛ ਨੀ ਖਾਧਾ ਸੀਗਾ, ਸੁਬਹ ਦਾ ਅਗਰੈਸ਼ਨ ਦੇ ਵਿੱਚ ਅਸੀਂ ਨਾਰੇਬਾਜ਼ੀ ਕੀਤੀ, ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ। ਫਿਰ ਅਸੀਂ ਡਿਪਾਰਟਮੈਂਟ ਗਏ, ਅਸੀਂ ਉੱਥੇ ਜਾ ਕੇ ਵੀ ਨਾਰੇਬਾਜ਼ੀ ਕੀਤੀ, ਮੈਡਮ ਇੱਧਰ ਆ ਗਏ। ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਏ, ਅਸੀਂ ਡਿਪਾਰਟਮੈਂਟ ਦੇ ਇੱਧਰ ਮੂਵ ਕੀਤਾ, ਮੈਡਮ ਫਿਰ ਉੱਧਰ ਚਲੇ ਗਏ। ਜਦੋਂ ਬਾਅਦ ਚ ਮੈਡਮ ਆਏ, ਮੈਡਮ ਉਰੇ ਆ ਗਏ, ਬੱਚੇ ਅਗਰੈਸ਼ਨ ਚ ਸੀਗੇ, ਬੱਚਿਆਂ ਨੇ ਨਾਰੇਬਾਜ਼ੀ ਸਟਾਰਟ ਕੀਤੀ, ਮੈਡਮ ਉਧਰ ਨੂੰ ਫੇਰ ਵਗ ਗਏ, ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ, ਸਵਾਲਾਂ ਦੇ ਜਵਾਬ ਮੰਗੇ। ਉਹਦੇ ਚ ਹਲੇ ਤੱਕ ਸਾਨੂੰ 1 ਸਵਾਲ ਦਾ ਜਵਾਬ ਮਿਲਿਆ, ਉਹ ਵੀ ਖਾਣੇ ਦਾ, ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ। ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ, ਉਹ 27-32 ਰੁਪਏ ਕਰਤੇ, ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ, ਉਹ 3 ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ, ਸਿਰਫ 2 ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ। ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ, ਤੇ ਹੁਣ ਉਹਨਾਂ ਨੇ ਮੈਸ ਵਾਲਿਆਂ ਨੂੰ ਬੁਲਾਇਆ, ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30-4 ਮੈਡਮ ਮਿਲੇ ਆ। ਤਾਂ ਸਾਨੂੰ ਇੰਨਾ ਕੁ ਜਲੀਲ ਕੀਤਾ ਜਾ ਰਿਹਾ, ਮੈਂਟਲੀ ਹਰਾਸ ਕੀਤਾ ਜਾ ਰਿਹਾ, ਨਹੀਂ ਅਸੀਂ ਬੀਸੀ, ਕਿਉਂਕਿ ਸਾਨੂੰ ਟਾਈਮ ਇਹਨਾਂ ਨੇ ਦਿੱਤਾ ਸੀਗਾ ਨਾ, ਇਹ ਸਾਰਾ ਡੀਨ ਦਾ ਸਾਰਾ ਜਿਹੜਾ ਪ੍ਰਸ਼ਾਸਨ ਸੀ ਸਾਡੇ ਕੋਲ ਆਇਆ।